मैं कुछ कसम अपनी भैन का लेना चाहनी हाँ जेड़िया मॉडर्न जमाने ज्यादा खुब आ सोशल मीडिया से मैं पिछली बार भी जिक्र करके गई सी समा सी जो साड़ियां इज्जत टकन वास्ते जो घर परिवार के मुंह त्याग के कुर्बानियां दित्तियां जो असी टके टके ते वेखे साड़ियां धीआं भैणां उन्हां दी इज्जत नूं बचाउण दी खातर प्यारे खालसा जी योध्या ने बड़िया कुर्बानियां दित्तियां पर अज जिहड़ियां कुड़ियां नूं कहिंदा कि भैणिया तुसीं किस राह नूं तुर पईआं ਤੁਸੀਂ ਆਪਣੇ ਸਰੀਰ ਦੀ ਪ੍ਰਦਰਸ਼ਨੀ ਕਰਦੀਆਂ ਦੋ ਇਹ ਕਿਹੜਾ ਮਾਡਰਨ ਜ਼ਮਾਨਾ ਫਿਰ ਕਹਿਣ ਗਿਆ ਜੀ ਸਾਡੀ ਲਾਈਫ ਹੈ ਪਰਸਨਲ ਅਸੀਂ ਜੋ ਮਰਜ਼ੀ ਕਹੀਏ ਇਹ ਗੱਲ ਯਾਦ ਰੱਖਿਓ ਜਿੰਨਾ ਚਿਰ ਤੁਸੀਂ ਆਪਣੇ ਘਰੇ ਹੋ ਜਾਂ ਆਪਣੇ ਘਰ ਦੇ ਵਿੱਚ ਇਹ ਨੰਗਪੁਣਾ ਤੇ ਗੰਦ ਖਿਲਾਰਦੀਆਂ ਜੋ ਉਹਨਾਂ ਚਿਰ ਤੁਸੀਂ ਪਰਸਨਲ ਜੇ ਆ ਜਦੋਂ ਫਿਰ ਪਬਲਿਕ ਦੇ ਵਿੱਚ ਆਪਣੀਆਂ ਪੋਸਟਾਂ ਸ਼ੇਅਰ ਕਰੋਗੀਆਂ ਫਿਰ ਉਹ ਪਰਸਨਲ ਨਹੀਂ ਰਹਿ ਜਾਂਦਾ ਉਹ ਫਿਰ ਜਿਹੜੀਆਂ ਹੋਰ ਛੋਟੀ ਛੋਟੀ ਉਮਰ ਦੀਆਂ ਬੱਚੀਆਂ ਤੁਹਾਨੂੰ ਵੇਖਦੀਆਂ ਨਾ ਉਹ ਫਿਰ ਸਿੱਧੇ ਰਸਤੇ ਨੂੰ ਨਹੀਂ ਤੁਰਨਗੀਆਂ ਕਿਉਂਕਿ ਅੱਜ ਦਾ ਸਮਾਂ ਇਹੋ ਜਿਹਾ ਸਾਡੇ ਲੋਕੀ ਵੀ ਇਹੋ ਜਿਹਾ ਬਣ ਗਿਆ ਹੈ ਕਿ ਅਸੀਂ ਚੰਗਾ ਵੇਖ ਕੇ ਰਾਜੀ ਨਹੀਂ ਉਹਨਾਂ ਨੂੰ ਪੈਸਾ ਪਰੋਸਿਆ ਜਾਂਦਾ ਹੈ ਜਿਹੜੇ ਅੱਜ ਸ਼ਰੇਆਮ ਨੰਗੇਜ਼ਪੁਣੇ ਨੂੰ ਜਾਂ ਧੀਆਂ ਭੈਣਾਂ ਨੂੰ ਸ਼ਰੇਆਮ ਗਾਣਾਂ ਦੇ ਵਿੱਚ ਗੀਤਾਂ ਦੇ ਵਿੱਚ ਗਲਤ ਬੋਲ ਕੇ ਪੇਸ਼ ਕਰਦੇ ਆ ਕੋਈ ਦਾਰੂ ਦੀ ਬੋਤਲ ਕਹਿ ਰਿਹਾ ਕੋਈ ਅਫੀਮ ਦੀ ਡੱਬੀ ਕਹਿ ਰਿਹਾ ਗਾਣਿਆਂ ਦੇ ਵਿੱਚ ਤੇ ਸਾਡੇ ਨੌਜਵਾਨ ਕਹਿੰਦੇ ਕਿ ਅਸੀਂ ਇਹਨਾਂ ਦੇ ਫੈਨ ਆ ਮੈਂ ਕਹਿੰਦੀ ਡੁੱਬ ਕੇ ਮਰ ਜਾਓ ਇਹੋ ਜਿਹੇ ਫੈਨ ਕਹਾਉਣ ਦੇ ਨਾਲੋਂ ਚੰਗਾ ਆ ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ ਕਿਹਨਾਂ ਵਾਸਤੇ ਸਾਡੇ ਵਾਸਤੇ ਆ ਸਿੰਗਰਾਂ ਦੀ ਇੱਕ ਕੁਰਬਾਨੀ ਦੱਸ ਦਿਓ ਜਿਹਦੇ ਖਾਤਰ ਅਸੀਂ ਇਹਨਾਂ ਦੇ ਮਗਰ ਲੱਗੇ ਹਾਂ ਚੰਗਾ ਸੁਣਾਉਣ ਵਾਲੇ ਵੀ ਬੜੇ ਆ ਉਹਨਾਂ ਦੀ ਕਦਰ ਕਰਨੀ ਸਾਡਾ ਫਰਜ਼ ਹੈ ਜੇ ਕੋਈ ਚੰਗਾ ਪਰੋਸ ਰਿਹਾ ਤੇ ਜਿਹੜੇ ਮਾੜਾ ਬੋਲਦੇ ਆ ਜੇ ਅਸੀਂ ਉਹਨਾਂ ਦਾ ਚੰਗਾ ਸੁਣ ਰਹੇ ਹਾਂ ਤੇ ਉਹਨਾਂ ਨੂੰ ਗਲਤ ਕਹਿਣਾ ਵੀ ਸਾਡਾ ਫਰਜ਼ ਹੈ ਪਰ ਅੱਜ ਕੁਝ ਉਲਟੀ ਚੱਲ ਰਿਹਾ ਅਸੀਂ ਉਹ ਵੀ ਸੁਣੀ ਜਾਂਦੇ ਹਾਂ ਉੱਥੇ ਬਾਪ ਨੱਚੀ ਜਾਂਦਾ ਉੱਥੇ ਭਰਾ ਨੱਚੀ ਜਾਂਦਾ ਉੱਥੇ ਸ਼ਰੇਆਮ ਧੀ ਦਾ ਹੱਥ ਫੜ ਕੇ ਬਾਪੂ ਨੱਚੀ ਜਾਂਦਾ ਤੇ ਗਾਣੇ ਉੱਥੇ ਚੱਲਣ ਡਿਆ ਹੁੰਦੇ ਆ ਸ਼ਰਾਬਾਂ ਵਾਲੇ ਉੱਥੇ ਧੀਆਂ ਭੈਣਾਂ ਨੂੰ ਨੀਵਾਂ ਵਿਖਾਇਆ ਜਾ ਰਿਹਾ ਹੁੰਦਾ ਉੱਥੇ ਕਹੀ ਜਾਂਦੇ ਆ ਕਿ ਲੱਕ ਹਿੱਲਦੇ ਨੇ ਆ ਫਲਾਨਾ ਹਿੱਲਦਾ ਮੈਂ ਕਹਿੰਦੀ ਆ ਸਾਡੀਆਂ ਅਣਖਾਂ ਜਮੀਰਾਂ ਹੀ ਮਰ ਚੁੱਕੀਆਂ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ ਪ੍ਰਧਾਨ ਵੇ ਲਾਲੋ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤੇ ਔਰਤ ਨੂੰ ਬੜਾ ਵਧਾਇਆ ਸਤਿਗੁਰੂ ਤੇ ਕਹਿੰਦੇ ਸੋ ਕਿਉਂ ਮੰਦਾ ਜਿੱਤ ਜੰਮੇ ਰਾਜਾਨ ਤੇ ਸਾਡੇ ਲੋਕ ਅੱਜ ਖੁਸ਼ੀਆਂ ਮਨਾਈ ਜਾਂਦੇ ਨੇ ਇਹਨਾਂ ਗੀਤਾਂ ਦੇ ਉੱਪਰ ਅਜੇ ਵੀ ਵੇਲਾ ਇਸ ਘਰ ਦੇ ਨਾਲ ਜੁੜ ਜਾਈਏ ਗੁਰਸਿੱਖੀ ਜੀਵਨ ਵਾਲੇ ਬਣੀਏ ਜਿੱਥੇ ਦੁੱਧ ਮੰਗਦੇ ਹੋ ਪੁੱਤ ਮੰਗਦੇ ਹੋ ਪਹਿਲਾਂ ਗੁਰੂ ਨਾਨਕ ਦੇ ਘਰੋਂ ਝੋਲੀਆਂ ਦੇ ਵਿੱਚ ਗੁਰਸਿੱਖੀ ਜੀਵਨ ਪਵਾ ਕੇ ਲੈ ਕੇ ਜਾਈਏ ਸਾਡੇ ਵਰਗਿਆਂ ਲਈ ਵੀ ਅਰਦਾਸ ਕਰਿਆ ਕਰੋ ਕਿਉਂਕਿ ਮੇਰੇ ਵਰਗਿਆਂ ਦੇ ਪੱਲੇ ਅੱਜ ਦਿਖਾਵਾ ਰਹਿ ਗਿਆ ਕਿ ਮਹਾਰਾਜ ਰਾਗੀ ਸਿੰਘ ਨੇ ਢਾਡੀ ਸਿੰਘ ਨੇ ਕੌਮ ਦੇ ਜਿਹੜੇ ਬੁਲਾਰੇ ਨੇ ਇਹਨਾਂ ਦੀ ਝੋਲੀ ਵਿੱਚ ਵੀ ਨਿਤਨੇਮ ਦੀਆਂ ਦਾਤਾਂ ਪਾ ਕੇ ਨਵਾਜ ਦਿਓ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ।